सत श्री अकाल, मैं हूं तुहाडा लखविंदर सिंह जी। अब जी मेरे चैनल ते नवे आए, मेरे चैनल नूं सबसक्राइब कर लो, बैल आइकन दा बटन दबा दो तां जो वीडियो दी आउण वाली नवीं तों नवीं नोटिफिकेशन आप जी तक पहुंचदी रहे। जी आप जी चाहुंदे हो मैं किसे सॉन्ग ते रिएक्शन दवां ते इह मेरी इंस्टाग्राम दी आईडी है। आप जी मैनूं इंस्टाग्राम ते फॉलो करके उस सॉन्ग दा लिंक सेंड कर सकदे हो, मैं उस सॉन्ग ते जरूर रिएक्शन दवांगा। सो अज जिहड़ी असीं वीडियो लैके आए हां उह है विरासत संधू वीर जी दा सॉन्ग, जो सॉन्ग दा नाम है हथ जोड़े। अज ही वो नवा सोंग आया है, ते पहला भी इन्हां दा सोंग आया ही, जो सोंग दा नाम सी इको है जवाब, वो भी बहुत ही सिरा सोंग गाया सी इन्हां ने, ते बहुत सोहने लिरिक्स लिखे हुए सी, ते आपां उहदे ते भी रिएक्शन कीता होया। आप जी उहदे ते भी जाके रिएक्शन देख सकदे हो। सो हुण आपां इस सोंग नूं नाल दी नाल देखदे हां, नाल दी नाल इस सोंग ते रिएक्शन करदे हां। आओ सोंग नूं देखना करिए। दारू दी थां जान जे किताबां वंडियां, टैंकियां ते चढ़ चढ़ अके पईआं, बदले के होर कम कार दे दिओ, लै लवांगे मौली आटा नाल बिजली, हथ जोड़े सानू रुजगार दे दिओ। ਗਾਣੇ ਦਾ ਪਹਿਲਾ ਪੈਰਾ ਜਿਹਦੇ ਵਿੱਚ ਗੱਲ ਕੀਤੀ ਹੈ ਕਿ ਨਿੱਤ ਦਸਤਾਰਾਂ ਦੇ ਚੇਂਜ ਹੋਣ ਰੰਗ ਤੇ ਗੱਡੀਆਂ ਤੋਂ ਚੇਂਜ ਹੋਣ ਝੰਡੀਆਂ। ਕਹਿੰਦੇ ਦਸਤਾਰਾਂ ਦੇ ਰੰਗ ਤਾਂ ਚੇਂਜ ਹੁੰਦੇ ਹੀ ਰਹਿੰਦੇ ਨੇ, ਕਦੀ ਕਿਸੇ ਦੀ ਪਾਰਟੀ ਆ ਜਾਂਦੀ, ਕਦੀ ਕਿਸੇ ਦੀ ਪਾਰਟੀ ਆਉਂਦੀ, ਦਸਤਾਰਾਂ ਦੇ ਰੰਗ ਚੇਂਜ ਪਾਵ, ਕੋਈ ਜਾ ਕੇ ਕਿਸੇ ਦੇ ਨਾਲ ਕਦੀ ਬਹਿ ਜਾਂਦਾ ਹੈ, ਕੋਈ ਜਾ ਕੇ ਕਿਸੇ ਦੇ ਨਾਲ ਬਹਿ ਜਾਂਦਾ ਹੈ, ਪਰ ਆਪਸ ਦੇ ਵਿੱਚ ਇਹਨਾਂ ਦੀ ਸਾਰਿਆਂ ਦੀ ਇੱਕੋ ਰਲੀ ਭੁਗਤ ਹੈ। ਤੇ ਸੌਣ ਲੱਗੇ ਵੋਟਾਂ ਵੇਰੇ ਸਿਰਾ ਹੋ ਜਾਵੇ, ਦਾਰੂ ਦੀ ਥਾਂ ਜਾਣ ਜੇ ਕਿਤਾਬਾਂ ਵੰਡੀਆਂ। ਕਹਿੰਦੇ ਜੇ ਵੋਟਾਂ ਵੇਲੇ ਸਿਰਾ ਹੋ ਜਾਏ, ਜੇ ਦਾਰੂ ਦੀ ਥਾਂ ਤੇ ਤੁਸੀਂ ਕਿਤਾਬਾਂ ਵੰਡ ਦੇਤੇ। ਅੱਜ ਜਿਹੜੇ ਸਰਕਾਰਾਂ ਸਾਨੂੰ ਇਹ ਵਾਅਦੇ ਕਰਕੇ ਜਾਂਦੀਆਂ ਕਿ ਅਸੀਂ ਨਸ਼ਾ ਛੁਡਾਊ ਕੇਂਦਰ ਰੱਖਿਆ ਤੁਹਾਡੇ ਸ਼ਹਿਰ ਦੇ ਵਿੱਚ ਖੋਲ੍ਹਿਆ ਹੋਇਆ, ਅਸੀਂ ਨਸ਼ੇ ਤੋਂ ਮੁਕਤ ਕਰਾਂਗੇ ਪੰਜਾਬ, ਅਤੇ ਉਹੀ ਵੋਟਾਂ ਲੈਣ ਵਾਸਤੇ ਦਾਰੂ ਵੰਡੀ ਜਾਂਦੀ ਹੈ। ਅਤੇ ਤੁਸੀਂ ਨਸ਼ਾ ਮੁਕਤ ਕਰਨਾ ਸੀ ਜਾਂ ਨਸ਼ਾ ਹੋਰ ਵਾੜਨਾ ਸੀ ਪੰਜਾਬ ਦੇ ਅੰਦਰ? ਅਤੇ ਜੇ ਕਹਿੰਦੇ ਉਹ ਦਾਰੂ ਦੀ ਜਗ੍ਹਾ 'ਤੇ ਕਿਤਾਬਾਂ ਵੰਡੀਆਂ ਹੁੰਦੀਆਂ ਨੇ, ਤਾਂ ਅਗਲਾ ਪੜ੍ਹ ਕੇ ਆਪਣੇ ਮਾਇੰਡ ਨੂੰ ਡਿਵੈਲਪ ਕਰਦਾ, ਨਾ ਕਿ ਦਾਰੂ ਪੀ ਕੇ ਆਪਣੇ ਆਪ ਨੂੰ ਸਾੜਦਾ। ਅਤੇ ਟੈਂਕੀਆਂ 'ਤੇ ਚੜ੍ਹ ਚੜ੍ਹ ਅੱਗੇ ਪਏ ਹਾਂ, ਬਦਲ ਕੇ ਹੋਰ ਕੰਮ ਕਰ ਦੇ ਦਿਓ। ਕਹਿੰਦੇ ਅਸੀਂ ਟੈਂਕੀਆਂ 'ਤੇ ਚੜ੍ਹ ਚੜ੍ਹ ਕੇ ਅੱਗੇ ਪਏ ਹਾਂ ਯਾਰ। ਬੰਦਾ ਅੱਕ ਜਾਂਦਾ ਯਾਰ, ਜਦੋਂ ਸਰਕਾਰਾਂ ਧੱਕਾ ਕਰਦੀਆਂ ਨਾ, ਬੰਦਾ ਅੱਕ ਕੇ ਪਤਾ ਨਹੀਂ ਕੀ ਕੁਝ ਕਰਨ ਲੱਗ ਪੈਂਦਾ ਹੈ, ਅਤੇ ਇਸ ਕਰਕੇ ਕਹਿੰਦੇ ਬਦਲ ਕੇ ਹੋਰ ਕੁਝ ਕਰ, ਲੈ ਲਵਾਂਗੇ ਮੁੱਲ ਆਟਾ ਦਾਲ ਬਿਜਲੀ, ਹੱਥ ਜੋੜੇ ਸਾਨੂੰ ਰੁਜ਼ਗਾਰ ਦੇ ਦਿਓ। ਕਹਿੰਦੇ ਅਸੀਂ ਆਟਾ ਦਾਲ ਬਿਜਲੀ ਮੁੱਲ ਲੈ ਲਵਾਂਗੇ ਯਾਰ, ਸਾਨੂੰ ਫਰੀ ਦਾ ਅਸੀਂ ਨਹੀਂ ਚਾਹੁੰਦੇ, ਤੁਸੀਂ ਸਾਨੂੰ ਫਰੀ ਵੰਡੋ ਯਾਰ। ਅਸੀਂ ਮੰਗਦੇ ਥੋੜ੍ਹਾ ਤੁਸੀਂ ਸਾਨੂੰ ਬਣਾਉਣਾ ਸੀ, ਤੁਸੀਂ ਤਾਂ ਸਾਨੂੰ ਰੋਜ਼ਗਾਰ ਦੇਣਾ ਸੀ ਕਿ ਬੰਦਾ ਯਾਰ ਐਡਾ ਵੱਡਾ ਤਕੜਾ ਨੋਟ ਲੈ ਕੇ ਜਾਵੇ ਦੁਕਾਨ 'ਤੇ, ਅਤੇ ਜਾ ਕੇ ਆਪਣੇ ਹਿੱਕ ਦੇ ਜੋੜ ਦੇ ਨਾਲ ਕਹੇ ਕਿ ਬਾਈ ਮੈਨੂੰ ਆਹ ਸਮਾਨ ਦੇ, ਅਤੇ ਤੁਸੀਂ ਲੈਣਾ ਦੇ ਵਿੱਚ ਲਾ ਕੇ ਮੰਗਤੇ ਬਣਾ ਕੇ ਰੱਖ ਦਿੱਤਾ ਯਾਰ ਤੁਸੀਂ। ਇਸ ਕਰਕੇ ਅਸੀਂ ਤੁਹਾਡੇ ਮੰਗਤੇ ਨਹੀਂ ਬਣਨਾ ਸੀ, ਤੁਸੀਂ ਸਾਨੂੰ ਰੋਜ਼ਗਾਰ ਦਿੰਦੇ, ਅਤੇ ਯਾਰ ਇੱਕ ਬੱਚੇ ਦਾ ਪਿਓ ਜਿਹੜਾ ਪੜ੍ਹਿਆ ਲਿਖਿਆ, ਉਹਨੂੰ ਰੁਜ਼ਗਾਰ ਮਿਲਿਆ ਹੋਇਆ, ਅਤੇ ਉਹ ਰੁਜ਼ਗਾਰ ਆਪਣੇ ਬੱਚੇ ਨੂੰ ਨੋਟ ਫੜਾਉਂਦਾ ਕਿ ਬੱਚੇ ਆਲੇ ਆਪਣੇ ਮਨਪਸੰਦ ਦੀ ਚੀਜ਼ ਲੈ ਕੇ ਆ, ਅਤੇ ਤੁਸੀਂ ਮਨਪਸੰਦ ਦੀਆਂ ਉਹਨਾਂ ਨੂੰ ਚੀਜ਼ਾਂ ਕੀ ਦੇਣੀਆਂ? ਤੁਸੀਂ ਤਾਂ ਬਸ ਇੱਕੋ ਜੋ ਤੁਸੀਂ ਇਸ਼ੂ ਕੀਤਾ ਹੋਇਆ ਉਹੀ ਚੀਜ਼ ਦੇਣੀ ਹੈ। ਅਸੀਂ ਦਾਲ ਵੀ ਮੁੱਲ ਲੈ ਲਵਾਂਗੇ, ਆਟਾ ਵੀ, ਬਿਜਲੀ ਵੀ, ਸਭ ਕੁਝ ਮੁੱਲ ਲੈ ਲਵਾਂਗੇ, ਬਸ ਇਹ ਕਿ ਚੰਗੀ ਐਜੂਕੇਸ਼ਨ ਵਾਲਿਆਂ ਨੂੰ ਚੰਗਾ ਰੁਜ਼ਗਾਰ ਹੀ ਦੇ ਦਿਓ ਯਾਰ, ਚੰਗੀ ਜਿਹੜਾ ਪੜ੍ਹਿਆ ਲਿਖਿਆ ਅੱਜ ਦਾ ਯੂਥ ਹੈ ਉਹਨਾਂ ਨੂੰ ਜੋਬਾਂ ਹੀ ਦੇ ਦਿਓ ਯਾਰ, ਉਹਨਾਂ ਨੂੰ ਨੌਕਰੀਆਂ ਦੇ ਦਿਓ। ਉਹ ਵਿਹਲੇ ਵਿਚਾਰੇ ਅੱਜ ਧਰਨਿਆਂ ਦੇ ਉੱਤੇ ਬੈਠੇ ਹੋਏ ਨੇ, ਪੜ੍ਹੇ ਲਿਖੇ ਵੀ ਯੂਥ ਅੱਜ ਧਰਨਿਆਂ ਦੇ ਉੱਤੇ ਬੈਠੇ ਨੇ, ਕਿਉਂ? ਪੜ੍ਹ ਲਿਖ ਕੇ ਵੀ ਅੱਜ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ, ਇਸ ਕਰਕੇ ਰੁਜ਼ਗਾਰ ਦੇ ਦਿਓ, ਮੰਗਤੇ ਨਾ ਬਣਾਓ। ਆਓ ਅੱਗੇ ਦੇਖਣਾ ਕਰੀਏ। ਉਹ ਦੇਖੀ ਸੋਹਣ ਸਿੰਘ ਸੀਤਲੇ ਨੂੰ ਪੜ੍ਹ ਕੇ, ਜੇ ਸ਼ੱਕ ਕੋਈ ਸਾਡੀਆਂ ਜ਼ਮੀਰਾਂ ਉੱਤੇ ਆ, ਤੂੰ ਕਿੰਨਾ ਦੀਆਂ ਉਂਗਲਾਂ ਤੇ ਨੱਚੇ ਦਿੱਲੀਏ, ਸਾਨੂੰ ਗੁੱਸਾ ਤੇਰੇ ਸਾਲਾਂ ਦਾ ਬੱਚਾ ਪਿਆ ਟੁੱਟ ਕੇ, ਦੇਖ ਕੇ ਵਿਰੋਧੀਆਂ ਦੇ ਸਾਹ ਸੁੱਕ ਕੇ, ਇਤਿਹਾਸ ਦੇ ਨਿਸ਼ਾਨੀਆਂ ਨੂੰ ਢਾਈ ਜਾਂਦੇ ਨੇ, ਫਿਰ ਕਹਿਣਗੇ ਪੰਜਾਬ ਚੋਂ ਸਰਾਬੇ ਮੁੱਕ ਗਏ, ਇਤਿਹਾਸ ਦੇ ਨਿਸ਼ਾਨੀਆਂ ਨੂੰ ਢਾਈ ਜਾਂਦੇ ਨੇ, ਫਿਰ ਕਹਿਣਗੇ ਪੰਜਾਬ ਚੋਂ ਸਰਾਬੇ ਮੁੱਕ ਗਏ। ਇਹ ਸੀ ਗਾਣੇ ਦਾ ਅਗਲਾ ਪੈਰਾ ਜਿਹਦੇ ਵਿੱਚ ਗੱਲ ਕੀਤੀ ਹੈ ਦੇਖੀ ਸੋਹਣ ਸਿੰਘ ਸੀਤਲ ਨੂੰ ਪੜ੍ਹ ਕੇ। ਤੇ ਸੋਹਣ ਸਿੰਘ ਸੀਤਲ ਜੀ ਜੋ ਬੜੇ ਵੱਡੇ ਰਾਈਟਰ ਵੀ ਨੇ, ਉਹਨਾਂ ਨੇ ਬੜੀਆਂ ਬੁੱਕਸ ਲਿਖੀਆਂ ਹੋਈਆਂ ਨੇ, ਅਤੇ ਉਹਨਾਂ ਬੁੱਕਸ ਦੇ ਵਿੱਚੋਂ ਦੋ ਬੁੱਕਸ ਉਹ ਨੇ ਜੋ ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ, ਉਹ ਤੁਸੀਂ ਪੜ੍ਹ ਕੇ ਦੇਖਣਾ, ਤੁਹਾਨੂੰ ਸਾਰੀ ਹਿਸਟਰੀ ਪਤਾ ਲੱਗ ਜਾਵੇਗੀ ਕਿ ਸਿੱਖ ਰਾਜ ਬਣਿਆ ਕਿਵੇਂ ਸੀ ਅਤੇ ਕਿਹੜੀਆਂ ਕਮੀਆਂ ਕਰਕੇ ਉਹ ਸਿੱਖ ਰਾਜ ਖੁਸ ਵੀ ਗਿਆ ਸੀ।
ਜਿਨ੍ਹਾਂ ਦੀਆਂ ਉਂਗਲਾਂ ਤੇ ਨੱਚੇ ਦਿੱਲੀਏ ਸਾਨੂੰ ਗੁੱਸਾ ਤੇਰਿਆਂ ਅਮੀਰਾਂ ਉੱਤੇ ਆ ਤੇ ਜਿਨ੍ਹਾਂ ਦੇ ਉਂਗਲਾਂ ਤੇ ਨੱਚਦੇ ਉਹ ਗੁੱਸਾ ਸਾਨੂੰ ਉਹਨਾਂ ਅਮੀਰਾਂ ਉੱਤੇ ਆ ਉਹ ਜੋ ਅਹੁਦਿਆਂ ਉੱਤੇ ਆ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੋਏ ਬੈਠ ਕੇ ਵੱਡੀ ਵੱਡੀਆਂ ਕੁਰਸੀਆਂ ਤੇ ਬੈਠ ਕੇ ਜੋ ਹੱਕ ਇਨਸਾਫ਼ ਦੀ ਗੱਲ ਨਹੀਂ ਕਰਦੇ ਜਿਸ ਪਬਲਿਕ ਦੇ ਸਿਰ ਤੋਂ ਬਣੇ ਹੋਏ ਨੇ ਤੇ ਅੱਜ ਉਸੇ ਪਬਲਿਕ ਦੇ ਨਾਲ ਯਾਰ ਜਿਹੜੇ ਧੱਕਾ ਕਰਦੇ ਨੇ ਗੁੱਸਾ ਉਹਨਾਂ ਤੇ ਆ ਜਦੋਂ 12 ਕੁ ਸਾਲਾਂ ਦਾ ਬੱਚਾ ਪਿਆ ਟੁੱਟ ਕੇ ਦੇਖ ਕੇ ਵਿਰੋਧੀਆਂ ਦੇ ਸਾਹ ਸੁੱਕ ਕੇ ਕਹਿੰਦੇ ਜਦੋਂ 12 ਸਾਲਾਂ ਦਾ ਬੱਚਾ ਟੁੱਟ ਕੇ ਪਿਆ ਨਾ ਤੇ ਜਦੋਂ ਉਹ ਲਲਕਾਰ ਕੇ ਅੱਜ ਉਹ 12 ਸਾਲ ਦਾ ਬੱਚਾ ਅੱਜ ਪਿਆ ਨਾ ਤੇ ਉਸ ਬੱਚੇ ਨੂੰ ਯਾਰ ਜੇਲ੍ਹ 'ਚ ਬੰਦ ਕਰ ਦਿੱਤਾ ਤੁਸੀਂ ਯਾਰ ਉਸ ਬੱਚੇ ਨੂੰ ਯਾਰ ਕੈਦ ਕਰਕੇ ਲੈ ਗਏ ਯਾਰ ਕੁਝ ਤਾਂ ਇਨਸਾਫ਼ ਕਰੋ ਯਾਰ ਤੁਸੀਂ ਕਿਸੇ ਬੇਵਕੂਫ਼ ਨਹੀਂ ਬਣਾ ਸਕਦੇ ਅੱਜ ਪੜ੍ਹਿਆ ਲਿਖਿਆ ਯੂਥ ਹੈ ਅੱਜ ਜੇ ਉਹ ਹੱਕਾਂ ਦੀ ਗੱਲ ਕਰਦਾ ਉਹਨੂੰ ਪਤਾ ਹੈ ਤੇ ਅੱਜ ਉਹਨਾਂ ਨੂੰ ਤੁਸੀਂ ਅੰਦਰ ਵਾੜ ਦੋਗੇ ਯਾਰ ਯਾਰ ਜਿਹਨੇ ਹੱਕ ਦੀ ਗੱਲ ਕਰਨੀ ਆ ਨਾ ਤੇ ਉਹਨੇ ਕਿਤਿਓਂ ਵੀ ਨਿਕਲ ਕੇ ਆ ਕੇ ਕਰ ਦੇਣੀ ਹੈ ਇਤਿਹਾਸਕ ਨਿਸ਼ਾਨੀਆਂ ਨੂੰ ਢਾਈ ਜਾਂਦੇ ਨੇ ਫਿਰ ਕਹਿਣਗੇ ਪੰਜਾਬ 'ਚੋਂ ਸਰਾਭੇ ਮੁੱਕ ਗਏ ਕਹਿੰਦੇ ਇਤਿਹਾਸਕ ਨਿਸ਼ਾਨੀਆਂ ਨੂੰ ਤਾਂ ਢਾਈ ਜਾਂਦੇ ਨੇ ਫਿਰ ਕਹਿਣਗੇ ਪੰਜਾਬ 'ਚੋਂ ਸਰਾਭ ਮੁੱਕ ਗਏ ਪਹਿਲਾਂ ਕਹਿੰਦੇ ਇਤਿਹਾਸਕ ਨਿਸ਼ਾਨੀਆਂ ਨੂੰ ਯਾਰ ਅਸੀਂ ਸਾਂਭ ਕੇ ਰੱਖਣਾ ਸੀ ਯਾਰ ਇੱਕ ਗੱਲ ਯਾਦ ਰੱਖਣਾ ਫੋਰਨ ਕੰਟਰੀਆਂ ਵਾਲਿਆਂ ਨੇ ਕਰੋੜਾਂ ਰੁਪਏ ਲਾ ਕੇ ਨਿਸ਼ਾਨੀਆਂ ਨੂੰ ਪੁਰਾਣੀਆਂ ਨੂੰ ਸਾਂਭਿਆ ਹੋਇਆ ਤੇ ਸਾਡੇ ਇੱਥੇ ਇੰਡੀਆ 'ਚ ਕਰੋੜਾਂ ਰੁਪਏ ਲਾ ਕੇ ਨਿਸ਼ਾਨੀਆਂ ਨੂੰ ਬਰਬਾਦ ਖਤਮ ਕੀਤਾ ਹੋਇਆ ਹੈ ਯਾਰ ਮਾਰ ਸੇਵਾ ਅੱਜ ਕੀਤੀ ਜਾ ਰਹੀ ਹੈ ਕਿਉਂ ਕਿਉਂਕਿ ਯਾਰ ਉਹ ਦੇਖਿਆ ਜਾਵੇ ਤਰਨ ਤਾਰਨ ਸਾਹਿਬ ਜੀ ਦੀ ਜੋ ਦਿਓੜੀ ਦਰਸ਼ਨੀ ਦਿਓੜੀ ਬਣੀ ਹੋਈ ਹੈ ਯਾਰ ਜਦੋਂ ਕਹਿ ਲਈਏ ਕਿ ਅੰਦਰ ਬੋੜੀ ਚੌਂਕ ਤੋਂ ਅੰਦਰ ਵੜਦੇ ਹਾਂ ਨਾ ਤੇ ਜਿਹੜਾ ਗੇਟ ਬਾਜ਼ਾਰ ਥਾਣੀ ਆਉਂਦਾ ਹੈ ਤੇ ਉਹ ਦਿਓੜੀ ਯਾਰ ਉੱਪਰੋਂ ਗੇਟ ਹੀ ਅੱਧੀ ਰਾਤ ਨੂੰ ਆ ਕੇ ਯਾਰ ਢਾ ਦਿੱਤਾ ਕਹਿੰਦੇ ਨਵਾਂ ਬਣਾਉਣਾ ਹੈ ਜੀ ਹੱਦ ਹੋ ਗਈ ਆ ਯਾਰ ਤੁਸੀਂ ਉਹ ਗੇਟ ਜਿਹੜਾ ਸੀ ਉਸ ਗੇਟ ਦੀ ਰਿਪੇਅਰ ਕਰਦੇ ਚੰਗੀ ਤਰ੍ਹਾਂ ਉਸ ਗੇਟ ਨੂੰ ਚੰਗੀ ਤਰ੍ਹਾਂ ਰਿਪੇਅਰ ਕਰਕੇ ਵਧੀਆ ਕੰਡੀਸ਼ਨ ਦੇ ਨਾਲ ਬਣਾਉਂਦੇ ਤੇ ਤੁਸੀਂ ਉਹਨੂੰ ਤੋੜ ਕੇ ਨਵਾਂ ਬਣਾਉਣਾ ਸੀ ਇਤਿਹਾਸਕ ਨਿਸ਼ਾਨੀਆਂ ਨੂੰ ਸਾਂਭਣਾ ਸੀ ਜਾਂ ਉਹਨਾਂ ਨੂੰ ਕਹਿੰਦੇ ਖਤਮ ਕਰਨਾ ਸੀ ਤੇ ਅੱਜ ਇਸੇ ਤਰੀਕੇ ਦੇ ਨਾਲ ਜਿਹੜਾ ਠੰਡਾ ਬੁਰਜ ਅੱਜ ਹੈ ਨਾ ਅੱਜ ਉਹ ਠੰਡਾ ਬੁਰਜ ਨਹੀਂ ਰਿਹਾ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਸੀ ਤੇ ਉਹ ਪੁਰਾਣੇ ਸਮੇਂ ਵਾਲਾ ਠੰਡਾ ਬੁਰਜ ਵੀ ਬਹੁਤ ਉੱਚਾ ਹੁੰਦਾ ਸੀ ਬਹੁਤ ਉੱਚਾ ਸੀ ਜਿਹਦੇ ਨਾਲ ਠੰਡ ਜ਼ਿਆਦੀ ਲੱਗਦੀ ਸੀ ਅੱਜ ਉਹ ਠੰਡੇ ਬੁਰਜ ਨੂੰ ਵੀ ਅਸੀਂ ਉਨਾ ਮਹਿਸੂਸ ਨਹੀਂ ਕਰ ਸਕਦੇ ਪਰ ਬੇਨਤੀ ਹੈ ਅੱਜ ਸਾਰਿਆਂ ਨੂੰ ਕਿ ਯਾਰ ਇਤਿਹਾਸਕ ਨਿਸ਼ਾਨੀਆਂ ਨੂੰ ਅਸੀਂ ਸਾਂਭ ਕੇ ਰੱਖੀਏ ਨਾ ਕਿ ਇਤਿਹਾਸਕ ਨਿਸ਼ਾਨੀਆਂ ਨੂੰ ਤੋੜ ਭੰਨ ਕੇ ਨਵਾਂ ਬਣਾਈਏ ਨਵੇਂ ਬਣਾਓ ਗੁਰਦੁਆਰੇ ਬਣਾਉਣੇ ਨਵੇਂ ਕੋਈ ਮਾੜੇ ਨਹੀਂ ਹੈ ਪਰ ਪੁਰਾਣੀਆਂ ਨਿਸ਼ਾਨੀਆਂ ਨੂੰ ਮੁੱਖ ਰੱਖ ਕੇ ਬਣਾਓ ਯਾਰ ਸਵਾਓ ਅੱਗੇ ਦੇਖਣਾ ਕਰੀਏ ਓ 8 ਲੱਖ ਲੈ ਗਿਆ ਕਵਈਆ ਸੁਣਿਆ ਖੋਟੀਆਂ ਭੈਣਾਂ ਨੂੰ ਕਹਿ ਕੇ ਟੋਟੇ ਪੁਰਜੇ ਸਿਰ ਉੱਤੇ ਚੱਕ ਲਓ ਵੀਰ ਪੁਣੇ ਨੂੰ ਘਰੋਂ ਟੋਲੂ ਹੀ ਗਰੀਬ ਦਾ ਜੇ ਖਾਲੀ ਮੁੰਡ ਜੇ ਉਹਨੀਆਂ ਮੱਸੇ ਰੰਗੜ ਤੋਂ ਘੱਟ ਬਾਬੇ ਮਿੱਤਰੋ ਜਿਹੜੇ ਕੁੜੀਆਂ ਨਾਲ ਚੜ ਕੇ ਸੱਟੇ ਜੀ ਬੱਕਦੇ ਅੱਜ ਕੱਲ ਦੇ ਨਿਆਣੇ ਗਾਣਿਆਂ 'ਚ ਵੇਖ ਕੇ ਫਿਰਦੇ ਨੇ ਮਿਡਲ ਫਿੰਗਰ ਚੁੱਕਦੇ ਅੱਜ ਕੱਲ ਦੀਆਂ ਗਾਣਿਆਂ 'ਚ ਵੇਖ ਵੇਖ ਕੇ ਫਿਰਦੇ ਨਿਆਣੇ ਨੇ ਫਿੰਗਰ ਗਾਣੇ ਦਾ ਅਗਲਾ ਪੈਰਾ ਜਿਹਦੇ ਵਿੱਚ ਗੱਲ ਕੀਤੀ ਹੈ ਕਿ 8 ਲੱਖ ਲੈ ਗਿਆ ਗਵਈਆ ਸੁਣਿਆ ਤੇ ਤੁਹਾਡੀਆਂ ਭੈਣਾਂ ਨੂੰ ਕਹਿ ਕੇ ਟੋਟੇ ਪੁਰਜੇ ਕਹਿੰਦੇ 8 ਲੱਖ ਉਹ ਗਵਈਆ ਲੈ ਜਾਂਦਾ ਹੈ ਜਿਹੜਾ ਤੁਹਾਡੀਆਂ ਭੈਣਾਂ ਦੇ ਲੱਕ ਮਿਲ ਕੇ ਜਾਂਦਾ ਤੁਹਾਡੀਆਂ ਭੈਣਾਂ ਨੂੰ ਟੋਟੇ ਤੁਹਾਡੀਆਂ ਭੈਣਾਂ ਨੂੰ ਪੁਰਜੇ ਕਹਿ ਕੇ ਜਾਂਦਾ ਉਹ ਵੀ ਜਿਹੜਾ ਸਟੇਜ ਤੇ ਬਹਿ ਕੇ ਨੱਚਦਾ ਹੁੰਦਾ ਨਾ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਨੱਚਦੇ ਬਾਂਹ ਕਿਹਦੀ ਫੜੀ ਹੁੰਦੀ ਹੈ ਤੇ ਗਾਣਾ ਕਿਹੜਾ ਚੱਲ ਰਿਹਾ ਹੁੰਦਾ ਹੈ ਇਸ ਕਰਕੇ ਉਹ ਵੀ ਚੀਜ਼ਾਂ ਚੈੱਕ ਕਰਿਆ ਕਰੋ ਕਿ ਜੇ ਕੋਈ ਚੰਗਾ ਕਰਨ ਆਵੇ ਤੁਹਾਡੇ ਘਰ ਪ੍ਰੋਗਰਾਮ ਕਰਨ ਆਵੇ ਤੇ ਇੱਥੋਂ ਤੱਕ ਕਈ ਸਿੰਗਰ ਇਹੋ ਜਿਹੇ ਨੇ ਜਿਹੜੇ ਪਹਿਲਾਂ ਕੀਰਤਨ ਕਰਦੇ ਸੀ ਜਿਹੜੇ ਢਾਡੀ ਵਾਰਾਂ ਕਰਦੇ ਸੀ ਤੇ ਉਹ ਇਸ ਲੈਨ 'ਚ ਤਾਂ ਆਏ ਕਿਉਂਕਿ ਉਸ ਲੈਨ ਦੀ ਉਹਨਾਂ ਨੂੰ ਉਸ ਲੈਨ ਦੇ ਵਿੱਚ ਉਹਨਾਂ ਨੂੰ ਕਦਰ ਨਹੀਂ ਪਾਈ ਗਈ ਉਸ ਲੈਨ 'ਚ ਉਹਨਾਂ ਦੀ ਮਿਹਨਤ ਨਹੀਂ ਉਹਨਾਂ ਨੂੰ ਦਿੱਤੀ ਗਈ ਤੇ ਫਿਰ ਇੱਧਰਲੀ ਲੈਨ 'ਚ ਜਦੋਂ ਉਹ ਆਏ ਤੇ ਫਿਰ ਉਹਨਾਂ ਨੂੰ ਉਸ ਲੈਨ ਦੇ ਵਿੱਚ ਆ ਕੇ ਇੰਨੇ ਭੰਡਾਰ ਜਦੋਂ ਦੋਗੇ ਤੇ ਅਗਲਾ ਫਿਰ ਕਿਹੜੀ ਲੈਨ ਚੋਇਸ ਕਰੇਗਾ ਇਸ ਕਰਕੇ ਜਿਹੜਾ ਕੋਈ ਚੰਗਾ ਕਰਦਾ ਹੈ ਨਾ ਉਸ ਚੰਗੇ ਦੀ ਵੀ ਸਪੋਰਟ ਕਰਿਆ ਕਰੋ ਉਸ ਚੰਗੇ ਦੇ ਵੀ ਲਾਲ ਲੱਗਿਆ ਕਰੋ ਇਹ ਨਾ ਹੋਵੇ ਕਿ ਉਸ ਚੰਗੇ ਨੂੰ ਫਿਰ ਮਜਬੂਰ ਹੋ ਕੇ ਫਿਰ ਕਿਸੇ ਹੋਰ ਬੰਨੇ ਤੁਰਨਾ ਪਵੇ ਸਿਰੇ ਉੱਤੇ ਚੱਕ ਲਓ ਅਮੀਰਪੁਣੇ ਨੂੰ ਘਰੋਂ ਡੋਲੂ ਹੀ ਜੇ ਗਰੀਬ ਦਾ ਖਾਲੀ ਮੁੜ ਜੇ ਕਹਿੰਦੇ ਅਮੀਰਪੁਣੇ ਤੁਹਾਡਾ ਕਾਹਦਾ ਅਮੀਰਪੁਣਾ ਜੇ ਗਰੀਬ ਤੁਹਾਡੇ ਦਰ 'ਤੇ ਡੋਲੂ ਲੈ ਕੇ ਆਇਆ ਉਹਦਾ ਡੋਲੂ ਹੀ ਖਾਲੀ ਮੋੜ ਦਿਉ ਘਰ ਦੇ ਵਿੱਚ ਕੋਈ ਲੋੜਵੰਦ ਆਉਂਦਾ ਹੈ ਨਾ ਮੰਗਣ ਮੈਂ ਇੱਥੋਂ ਤੱਕ ਕਹਿਣਾ ਹੁੰਦਾ ਕਿ ਜੇ ਉਹਨੂੰ ਕੁਝ ਤੁਸੀਂ ਦੇਣਾ ਵੀ ਨਹੀਂ ਨਾ ਤੁਹਾਨੂੰ ਫਿਰ ਉਹਨੂੰ ਗਾਲਾਂ ਕੱਢਣ ਦਾ ਉਹਨੂੰ ਦਬਕਾ ਮਾਰਨ ਦਾ ਉਹਨੂੰ ਟੁੱਟ ਕੇ ਪੈਣ ਦਾ ਹੱਕ ਵੀ ਨਹੀਂ ਹੈਗਾ ਪਹਿਲੀ ਗੱਲ ਤਾਂ ਜੇ ਕੋਈ ਲੋੜਵੰਦ ਆਇਆ ਉਹਨੂੰ ਯਾਰ ਕੋਈ ਰੋਟੀ ਪਾਣੀ ਛਕਾ ਦਿਓ ਉਹਨੂੰ ਕੁਝ ਵੀ ਦੇ ਦਿਓ ਅਗਲਾ ਯਾਰ ਤੁਹਾਡੇ ਕੋਲ ਖੁਸ਼ ਹੋ ਕੇ ਜਾਵੇ ਨਾ ਕਿ ਯਾਰ ਤੁਸੀਂ ਟੁੱਟ ਕੇ ਪੈ ਜਾਓ ਅਗਲੇ ਨੂੰ ਯਾਰ ਦਿਲ ਤੋੜ ਦਿੰਦੇ ਹੋ ਯਾਰ ਇਸ ਕਰਕੇ ਜੇ ਕੋਈ ਮੰਗਣ ਆਉਂਦਾ ਪਹਿਲੀ ਗੱਲ ਤਾਂ ਉਹਦਾ ਸਾਥ ਦਿਓ ਉਹਨੂੰ ਪਹਿਲੀ ਗੱਲ ਤਾਂ ਉਹਨੂੰ ਚੰਗੇ ਉਹਦੇ ਨਾਲ ਬਿਹੇਵ ਕਰੋ ਕਿ ਅਗਲਾ ਯਾਰ ਤੁਹਾਡੇ ਕੋਲ ਮੋਟੀਵੇਸ਼ਨਲ ਤੁਹਾਡੇ ਕੋਲ ਕੋਈ ਸਿੱਖ ਕੇ ਹੋ ਸਕਦਾ ਅਗਲਾ ਕੰਮ ਕਾਰ ਹੀ ਕਰਨ ਲੱਗ ਜਾਵੇ ਤੇ ਨਹੀਂ ਉਹ ਮੱਸੇ ਰੰਗੜ ਤੋਂ ਘੱਟ ਬਾਬੇ ਮਿੱਤਰੋ ਜਿਹੜੇ ਕੁੜੀਆਂ ਨਾਲ ਚੜ੍ਹ ਕੇ ਸਟੇਜੀ ਬੁੱਕਦੇ ਕਹਿੰਦੇ ਮੱਸੇ ਰੰਗੜ ਨੂੰ ਘੱਟ ਨੇ ਉਹ ਬਾਬੇ ਜਿਹੜੀਆਂ ਕੁੜੀਆਂ ਨਾਲ ਚੜ੍ਹ ਕੇ ਸਟੇਜਾਂ 'ਤੇ ਜਾ ਕੇ ਬੁੱਕਦੇ ਨੇ
ਇਸ ਕਰਕੇ ਯਾਰ ਅਸੀਂ ਕਹਿੰਦੇ ਮੱਸੇ ਰੰਗੜ ਨੂੰ, ਉਹਨੇ ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਵਿਖੇ ਨਾਚ ਕਰਾਇਆ ਸੀ, ਡਾਂਸਰਾਂ ਨਚਾਈਆਂ ਸੀ, ਸ਼ਰਾਬਾਂ ਪੀਂਦਾ ਸੀ, ਤੇ ਅੱਜ ਦਾ ਸਾਡਾ ਜ਼ਮਾਨਾ ਕੀ ਕਰਦਾ, ਹਰ ਘਰ ਘਰ ਦੇ ਵਿੱਚ ਮੱਸਾ ਰੰਗੜ ਵੜਿਆ ਪਿਆ ਯਾਰ। ਅਸੀਂ ਨਹੀਂ ਦੇਖਦੇ ਜਦੋਂ ਸਟੇਜਾਂ ਦੇ ਉੱਤੇ ਚੜ ਕੇ ਅਸੀਂ ਕੀ ਕੁਝ ਕਰਾਉਂਦੇ ਹਾਂ ਯਾਰ। ਇਸ ਕਰਕੇ ਯਾਰ ਆਪਣੇ ਵੱਲ ਵੀ ਝਾਤ ਮਾਰਿਆ ਕਰੋ, ਇਹ ਨਾ ਹੋਵੇ ਸਾਡੇ ਦਾੜੇ ਚਿੱਟੇ ਹੋਣ, ਪ੍ਰਕਾਸ਼ ਹੋਣ ਤਾਂ ਅਸੀਂ ਸਟੇਜਾਂ ਦੇ ਉੱਤੇ ਚੱਕ ਕੇ। ਦੇਖੋ ਇੱਕ ਡਾਂਸ ਕਰਨਾ, ਆਪਣਾ ਨੱਚਣਾ ਕੋਈ ਮਾੜਾ ਨਹੀਂ ਹੈ, ਪਰ ਕਿਸੇ ਦੀ ਧੀ ਭੈਣ ਨੂੰ ਛੇੜ ਕੇ, ਕਿਸੇ ਦੀ ਧੀ ਭੈਣ ਨੂੰ ਫੜ ਕੇ ਨਚਾਉਣਾ, ਉਹ ਚੀਜ਼ਾਂ ਤੁਹਾਡੇ ਵਾਸਤੇ ਮਾੜੀਆਂ ਨੇ। ਆਪ ਤੁਸੀਂ ਇੰਜੋਇਮੈਂਟ ਕਰੋ, ਥੱਲੇ ਨੱਚ ਲਓ ਇੰਜੋਇਮੈਂਟ, ਪੁੱਤ ਦਾ ਵਿਆਹ ਪੋਤਰੇ ਦਾ ਵਿਆਹ ਕੋਈ ਗੱਲ ਨਹੀਂ, ਡਾਂਸ ਕਰੋ ਇੰਜੋਇਮੈਂਟ ਕਰੋ, ਪਰ ਕਿਸੇ ਦੀ ਧੀ ਭੈਣ ਨਾਲ ਛੇੜਛਾੜ ਕਰਕੇ ਨੱਚਣਾ ਤੇ ਕਾਹਦਾ ਨੱਚਣਾ ਯਾਰ। ਇਸ ਕਰਕੇ ਇਹ ਚੀਜ਼ਾਂ ਬਿਲਕੁਲ ਨਾ ਕਰ। ਅੱਜ ਕੱਲ੍ਹ ਦੇ ਨਿਆਣੇ ਗਾਣਿਆਂ 'ਚੋਂ ਵੇਖ ਕੇ ਕਹਿੰਦੇ ਨੇ ਮਿਡਲ ਫਿੰਗਰ ਚੁੱਕਦੇ, ਕਹਿੰਦੇ ਅੱਜ ਕੱਲ੍ਹ ਦੇ ਨਿਆਣੇ ਗਾਣਿਆਂ 'ਚ ਦੇਖ ਕੇ ਮਿਡਲ ਫਿੰਗਰ ਚੁੱਕਦੇ ਨੇ, ਤੇ ਉਹਦਾ ਮਤਲਬ ਵੀ ਪਤਾ ਤੁਹਾਨੂੰ ਕੀ ਹੈ ਯਾਰ। ਜੋ ਇਸ ਕਰਕੇ ਜੋ ਤੁਸੀਂ ਗਾਉਂਦੇ ਹੋ ਨਾ, ਚੰਗਾ ਗਾਓ, ਚੰਗਾ ਕੁਝ ਸਮਝਾਓ, ਤਾਂ ਜੋ ਯਾਰ ਯੂਥ ਨੂੰ ਕੋਈ ਗਲਤ ਮੈਸੇਜ ਵੀ ਨਾ ਜਾਵੇ ਯਾਰ। ਫੈਮਲੀਆਂ ਦੇ ਵਿੱਚ ਸੁਣਨ ਵਾਲੇ ਹੁੰਦੇ ਨੇ, ਤੇ ਇਸ ਕਰਕੇ ਕੋਈ ਗਲਤ ਮੈਸੇਜ ਵੀ ਨਾ ਪਹੁੰਚਾਓ, ਚੰਗਾ ਗਾਓ ਤੇ ਚੰਗਾ ਕਿਸੇ ਨੂੰ ਪੇਸ਼ ਕਰਕੇ ਦਿਖਾਓ, ਜਿਵੇਂ ਇਹਨਾਂ ਨੇ ਗਾਇਆ ਹੋਇਆ ਹੈ। ਸੋ ਆਓ ਅੱਗੇ ਦੇਖਣਾ ਕਰੀਏ। ਆਓ ਕੱਠੀ ਮੰਗਵਾਲੀ ਆ ਸਟਾਂਕ ਫੀਮ ਦੀ, ਨਸ਼ਿਆਂ ਖਿਲਾਫ ਕਹਿੰਦੇ ਰੈਲੀ ਕੱਢਣੀ, ਆਓ ਬੰਦ ਪਏ ਸਕੂਲ ਨੇ ਸੰਕੇਤ ਮਿੱਤਰੋ, ਇਹਨਾਂ ਆਉਣ ਵਾਲੀ ਪੀੜ੍ਹੀ ਕੱਖ ਦੀ ਨੀ ਛੱਡਣੀ, ਉਹ ਜਿਹੜਾ ਚਮਚਾ ਕਹਾਉਂਦਾ ਲੀਡਰ ਤਾਂ ਪਿੰਡ ਚੋਂ ਜਦੋਂ ਘੇਰਿਆ ਲੋਕਾਂ ਨੇ ਪਤਾ ਫੇਰ ਲੱਗੂਗਾ, ਆਓ ਇਸ ਵਾਰੀ ਵੋਟ ਪਾਉਣੀ ਉਸ ਠੱਗ ਨੂੰ ਜਿਹੜਾ ਪਹਿਲਾਂ ਵਾਲੇ ਠੱਗ ਨਾਲੋਂ ਘੱਟ ਠੱਗੂਗਾ, ਆਓ ਇਸ ਵਾਰੀ ਵੋਟ ਪਾਉਣੀ ਉਸ ਠੱਗ ਨੂੰ ਜਿਹੜਾ ਪਹਿਲਾਂ ਵਾਲੇ ਠੱਗ ਨਾਲੋਂ ਘੱਟ। ਇਹ ਸੀ ਗਾਣੇ ਦਾ ਅਗਲਾ ਪੈਰਾ ਜਿਹਦੇ ਵਿੱਚ ਗੱਲ ਕੀਤੀ ਹੈ ਇਕੱਠੀ ਮੰਗਵਾਲੀ ਹੈ ਸਟਾਂਗ ਫੀਮ ਦੀ, ਤੇ ਨਸ਼ਿਆਂ ਖਿਲਾਫ਼ ਕਹਿੰਦੇ ਰੈਲੀ ਕੱਢਣੀ, ਕਹਿੰਦੇ ਸਟਾਂਗ ਇਕੱਠੀ ਫੀਮ ਦੀ ਮੰਗਾ ਲੈਂਦੇ ਨੇ ਤੇ ਖਵਾ ਖਵਾ ਕੇ ਸਾਰਿਆਂ ਨੂੰ ਕਹਿੰਦੇ ਆਓ ਰੈਲੀਆਂ 'ਤੇ ਚੱਲੀਏ। ਤੇ ਤੁਸੀਂ ਨਸ਼ਿਆਂ 'ਤੇ ਮੁਕਤ ਰੈਲੀਆਂ ਕੱਢਦੇ ਫਿਰਦੇ ਹੋ ਤੇ ਉਹੀ ਨਸ਼ਾ ਖਵਾ ਕੇ ਤੁਸੀਂ ਰੈਲੀਆਂ 'ਤੇ ਚੱਲੇ ਹੋ ਯਾਰ, ਇਹ ਕਿੱਥੋਂ ਦੀ ਅਸੂਲ ਹੈ। ਬੰਦ ਪਏ ਨੇ ਸਕੂਲ ਤੇ ਸੰਕੇਤ ਮਿੱਤਰੋ, ਇਹਨਾਂ ਆਉਣ ਵਾਲੀ ਪੀੜ੍ਹੀ ਕੱਖ ਦੀ ਨਹੀਂ ਛੱਡਣੀ, ਕਹਿੰਦੇ ਬੰਦ ਪਏ ਨੇ ਸਕੂਲ ਤੇ ਜਦੋਂ ਆਉਣ ਵਾਲਾ ਯੂਥ ਪੀੜ੍ਹੀ ਆਊਗੀ ਨਾ ਤੇ ਕੱਖ ਦੀ ਨਹੀਂ ਉਹਨਾਂ ਨੇ ਇਹਨਾਂ ਨੇ ਛੱਡਣੀ, ਤੇ ਅਗਲਾ ਜਦੋਂ ਜੋਬਾਂ ਦਾ ਟਾਈਮ ਆਵੇਗਾ ਨਾ ਜਦੋਂ ਕਹਿਣਗੇ ਕਿ ਤੁਹਾਨੂੰ ਜੋਬ ਦੇਣੀ ਹੈ, ਤੇ ਜਦੋਂ ਪੁੱਛਿਆ ਜਾਵੇਗਾ ਕਿ ਕਿਹੜੀ ਸੰਨ ਦੇ ਵਿੱਚ ਪੜ੍ਹਿਆ, ਤੇ ਜਦੋਂ ਦੱਸਿਆ ਜਾਵੇਗਾ ਕਿ 2020 ਤੇ 21 'ਚ ਉਹਨਾਂ ਨੇ ਕਹਿਣਾ ਉਦੋਂ ਤਾਂ ਸਕੂਲ ਨਹੀਂ ਲੱਗੇ ਸੀ, ਉਦੋਂ ਤਾਂ ਸਕੂਲ ਹੀ ਬੰਦ ਪਏ ਸੀ ਤੇ ਉਦੋਂ ਤੁਸੀਂ ਕਿਹੜੀ ਐਜੂਕੇਸ਼ਨ ਲੈ ਲਈ ਹੋਵੇਗੀ। ਇਸ ਕਰਕੇ ਤੋ ਬੱਚਿਆਂ ਵਾਸਤੇ ਇਹ ਲੱਗਦਾ ਹੋਊਗਾ ਕਿ ਅਸੀਂ ਸਕੂਲ ਨਹੀਂ ਜਾ ਰਹੇ, ਉਹਨਾਂ ਨੂੰ ਖੁਸ਼ੀ ਆ, ਪਰ ਉਸੇ ਖੁਸ਼ੀ ਦੇ ਵਿੱਚ ਤੁਹਾਡੇ ਗਮੀ ਕਿੱਡੀ ਸੂਪੀ ਪਈ ਹੈ ਨਾ, ਉਹ ਬਾਅਦ 'ਚ ਅੱਗੇ ਜਾ ਕੇ ਪਤਾ ਚੱਲੇਗਾ। ਜਿਹੜਾ ਚਮਚਾ ਕਹਾਉਂਦਾ ਲੀਡਰ ਦਾ ਪਿੰਡ 'ਚੋਂ, ਜਿਹੜਾ ਕਹਿੰਦਾ ਲੀਡਰ ਦਾ ਚਮਚਾ ਕਹਾਉਂਦਾ ਨਾ ਪਿੰਡ 'ਚੋਂ, ਜਦੋਂ ਘੇਰਿਆ ਲੋਕਾਂ ਨੇ ਪਤਾ ਫੇਰ ਲੱਗਣਾ, ਕਹਿੰਦੇ ਜਦੋਂ ਲੋਕਾਂ ਨੇ ਫਿਰ ਘੇਰਿਆ ਨਾ ਉਸੇ ਚਮਚੇ ਨੇ ਤਾਂ ਪਤਾ ਤੈਨੂੰ ਫੇਰ ਲੱਗਣਾ ਹੈ, ਹੁਣ ਤਾਂ ਚਮਚਾ ਬਣੀ ਫਿਰਦਾ ਹੈ। ਤੇ ਇਸ ਕਰਕੇ ਚਮਚਿਆਂ ਦੀ ਬਾਅਦ ਵਿੱਚ ਪ੍ਰਵਾਨ ਹੀ ਕਰਦੇ ਹੁੰਦੇ, ਥਾਲੀਆਂ ਵੱਲ ਧਿਆਨ ਜਾਂਦਾ ਹੁੰਦਾ ਹੈ, ਤਾਂ ਚਮਚਿਆਂ ਨੂੰ ਕੋਈ ਕਹਿੰਦੇ ਗਵਾਚ ਗਿਆ ਤਾਂ ਕੋਈ ਚੱਕਰ ਨਹੀਂ, ਇਹ ਵੀ ਯਾਦ ਰੱਖਿਓ, ਚਮਚਿਆਂ ਨੂੰ ਪੁੱਛਣਾ ਨਹੀਂ, ਫਿਰ ਗਏ ਨੇ। ਇਸ ਵਾਰੀ ਵੋਟ ਪਾਉਣੀ ਉਸ ਠੱਗ ਨੂੰ ਜਿਹੜਾ ਪਹਿਲਾਂ ਵਾਲੇ ਠੱਗ ਨਾਲੋਂ ਘੱਟ ਠੱਗੂਗਾ, ਕਹਿੰਦੇ ਇਸ ਵਾਰੀ ਉਸ ਠੱਗ ਨੂੰ ਵੋਟ ਪਾਉਣੀ ਜਿਹੜਾ ਪਹਿਲਾਂ ਵਾਲੇ ਠੱਗ ਨਾਲੋਂ ਘੱਟ ਠੱਗੂਗਾ। ਇਸ ਕਰਕੇ ਤੁਹਾਡੇ ਹੱਥ ਹੀ ਹੈ ਜੋ ਤੁਸੀਂ ਸਰਕਾਰਾਂ ਬਣਾਉਣੀਆਂ ਨੇ, ਇਸ ਕਰਕੇ ਸੋਚ ਸਮਝ ਕੇ ਵੋਟ ਪਾਇਓ ਕਿ ਕਿਹੜਾ ਸਾਡੇ ਹੱਕ ਇਨਸਾਫ਼ ਦੀ ਗੱਲ ਕਰਦਾ ਹੈ, ਕਿਹੜਾ ਯਾਰ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਜਾਂਦਾ ਹੈ। ਸੋ ਆਓ ਟੱਪਰ ਤਾਈ ਉੱਤੇ ਨਾਮ ਲਿਖਿਆ, ਗੁਰੂ ਘਰੇ 500 ਦਾ ਪੱਖਾ ਤੰਗ ਤਾਂ, ਵਿਆਹ ਦਿਆਂਗੇ ਜੀ ਦਾ ਪਹਿਲਾਂ ਵੀਜ਼ਾ ਆ ਗਿਆ, ਕੱਲਾ ਕਹਿਰਾ ਪੁੱਤ 3 ਥਾਵੇਂ ਮੰਗਤਾ, ਵਿਆਹ ਦਿਆਂਗੇ ਜੀ ਦਾ ਪਹਿਲਾਂ ਵੀਜ਼ਾ ਆ ਗਿਆ, ਕੱਲਾ ਕਹਿਰਾ ਪੁੱਤ 3 ਥਾਵੇਂ ਮੰਗਤਾ। ਇਹ ਸੀ ਗਾਣੇ ਦਾ ਅਗਲਾ ਪਹਿਲਾ ਜਿਹਦੇ ਵਿੱਚ ਗੱਲ ਕੀਤੀ ਹੈ ਬੰਦੇ ਜਰਨਲ ਜੋਰਾਵਰ ਸਿੰਘ ਜੇ, ਤੇ ਜਿਉਂਦੇ ਵਿਕੇ ਨੇ ਮਰੇ ਪਏ ਵਿਕਦੇ, ਲੱਖਾਂ ਜਕਰੀਆ ਖਾਨ ਤੁਰੇ ਫਿਰਦੇ, ਨਾ ਕਿਤੇ ਗਰਜਾ ਤੇ ਬੋਤਾ ਸਿੰਘ ਦਿਸਦੇ। ਕਹਿੰਦੇ ਜਕਰੀਆ ਖਾਨ ਤੇ ਅੱਜ ਤੁਹਾਨੂੰ ਇਕੱਲੇ ਇਕੱਲੇ ਸਾਡੇ ਵਿੱਚ ਹੀ ਮਿਲ ਜਾਣਗੇ ਜਕਰੀਆ ਖਾਨ, ਤੇ ਕਹਿੰਦੇ ਜਕਰੀਆ ਖਾਨ ਤਾਂ ਤੁਹਾਨੂੰ ਮਿਲ ਜਾਣੇ ਪਰ ਉਹ ਗਰਜਾ ਸਿੰਘ ਬੋਤਾ ਸਿੰਘ ਵਰਗੇ ਨਹੀਂ ਮਿਲਣੇ। ਇਸ ਕਰਕੇ ਉਹ ਅਸੀਂ ਵਾਰਸ ਹਾਂ ਉਹਨਾਂ ਦੇ ਵਾਰਸ ਅਸੀਂ ਬਣ ਕੇ ਦਿਖਾਉਣਾ ਹੈ। ਇਹ ਨਾ ਹੋਵੇ ਕਿ ਅੱਜ ਦੇ ਵਜੀਦੇ, ਅੱਜ ਦੇ ਔਰੰਗੇ, ਅੱਜ ਦੇ ਜਕਰੀਆ ਖਾਨ ਵਰਗੇ ਸਾਡੇ ਕੋਲ ਪਹਿਚਾਨੇ ਹੀ ਨਾ ਜਾਣ। ਸਾਰੇ ਟੱਬਰ ਦਾ ਉੱਤੇ ਨਾਮ ਲਿਖਿਆ, ਗੁਰੂ ਘਰ 500 ਦਾ ਪੱਖਾ ਟੰਗ ਕੇ, ਕਹਿੰਦੇ ਸਾਰੇ ਟੱਬਰ ਦਾ ਉੱਤੇ ਨਾਮ ਲਿਖਾ ਦਿੰਦੇ ਹੋ ਗੁਰੂ ਘਰ ਦੇ ਵਿੱਚ ਪੱਖਾ ਟੰਗ ਕੇ। ਇਸ ਕਰਕੇ ਯਾਰ ਮੈਂ ਕਹਿੰਦਾ ਕਿ ਜੇ ਦਾਨ ਦੇਣਾ ਹੀ ਆ ਤੁਸੀਂ ਤੇ ਯਾਰ ਸ਼ੋਅ ਆਫ ਕਿਉਂ ਇੰਨੀ ਕਰਦੇ ਹੋ ਯਾਰ। ਇਸ ਕਰਕੇ ਗੁਰੂ ਸਾਹਿਬ ਤੇ ਸਾਨੂੰ ਇਹ ਸਮਝਾ ਕੇ ਗਏ ਸੀ ਨਾ ਕਿ ਸੇਵਾ ਕਰਤ ਹੋਏ ਨੈ ਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ, ਕਿ ਜੇ ਸੇਵਾ ਕਰਦਾ ਉਹਨੂੰ ਗਿਣਾ ਨਾ,
ਤੇ ਕਿਤੇ ਸਾਨੂੰ ਇਹ ਵੀ ਲੋੜ ਪੈ ਜਾਂਦੀ ਹੈ ਯਾਰ ਕਿਤੇ ਅਸੀਂ ਗੁਰੂ ਘਰ ਦੇ ਵਿੱਚ ਦੇ ਕੇ ਜਾਂਦੇ ਉੱਥੇ ਜਿਹੜੀਆਂ ਉੱਥੋਂ ਦੀਆਂ ਕਮੇਟੀਆਂ ਮੈਂਬਰ ਹੁੰਦੇ ਨੇ ਉੱਥੋਂ ਦੇ ਜਿਹੜੇ ਪ੍ਰਬੰਧਕ ਹੁੰਦੇ ਨੇ ਉਹ ਉਸ ਚੀਜ਼ ਦਾ ਘਪਲਾ ਕਰ ਜਾਂਦੇ ਨੇ ਪਰ ਮੈਂ ਕਹਿੰਦਾ ਕਿ ਮੌਜੂਦਾ ਜੇ ਤੁਹਾਡੇ ਕੋਲ ਸੇਵਾ ਕਰਨੀ ਆਪਣੇ ਹੱਥੀਂ ਕਿਸੇ ਦੀ ਕਰਕੇ ਆਓ ਹੱਥੀਂ ਉਸ ਦੀ ਸੇਵਾ ਕਰਕੇ ਆਓ ਪਰ ਸ਼ੋਅ ਆਫ ਨਾ ਹੋਣ ਦਿਓ ਇਹ ਧਿਆਨ ਰੱਖਿਆ ਕਰੋ ਤੇ ਵਿਆਹ ਦੇਾਂਗੇ ਜਿਹਦਾ ਪਹਿਲਾਂ ਵੀਜ਼ਾ ਆ ਗਿਆ ਕੱਲਾ ਕਹਿਰਾ ਪੁੱਤ ਤਿੰਨ ਥਾਵੇਂ ਮੰਗਤਾ ਕਹਿੰਦੇ ਵਿਆਹ ਦੇਾਂਗੇ ਜਿਹਦਾ ਪਹਿਲਾਂ ਵੀਜ਼ਾ ਆ ਗਿਆ ਤੇ ਤਿੰਨ ਕੁੜੀਆਂ ਨਾਲ ਰਿਸ਼ਤਾ ਕੀਤਾ ਹੋਇਆ ਜਿਹਦਾ ਪਹਿਲਾਂ ਕੁੜੀ ਦਾ ਵੀਜ਼ਾ ਆ ਗਿਆ ਤੇ ਕੱਲਾ ਕਹਿਰਾ ਪੁੱਤ ਸੀ ਤੇ ਤਿੰਨ ਥਾਵੇਂ ਮੰਗਿਆ ਹੋਇਆ ਸੀ ਫਿਰ ਕਹਿੰਦੇ ਅਸੀਂ ਸੌਦੇਬਾਜ਼ੀਆਂ ਨਹੀਂ ਕਰਦੇ ਇਸ ਕਰਕੇ ਸੌਦੇਬਾਜ਼ੀਆਂ ਦੇ ਵਿੱਚੋਂ ਨਿਕਲੋ ਕਿਤੇ ਗਲਤੀਆਂ ਸਾਡੀਆਂ ਵੀ ਆ ਜਾਂਦੀਆਂ ਨੇ ਤੇ ਉਹਨਾਂ ਗਲਤੀਆਂ ਕਰਕੇ ਹੀ ਸਾਡੀਆਂ ਗਲਤੀਆਂ ਕਰਕੇ ਹੀ ਸਾਡੇ ਘਰ ਦੇ ਵਿੱਚੋਂ ਕਿਸੇ ਦਾ ਪੁੱਤ ਖਤਮ ਹੋ ਜਾਂਦਾ ਹੈ ਕਿਸੇ ਦਾ ਕੋਈ ਜੀ ਘਰ ਦਾ ਖਤਮ ਹੋ ਜਾਂਦਾ ਹੈ ਕੋਈ ਧੋਖੇਦਾਰੀਆਂ ਦੇ ਵਿੱਚ ਜਾ ਕੇ ਬਦਲ ਜਾਂਦਾ ਹੈ ਤੇ ਗਲਤੀਆਂ ਸਾਡੀਆਂ ਹੀ ਨਹੀਂ ਹੁੰਦੀਆਂ ਨੇ ਕੰਡੇ ਸਾਡੇ ਬੀਜੇ ਹੁੰਦੇ ਨੇ ਉਹ ਕਿਸੇ ਦੇ ਪਰਾਏ ਦੇ ਨਹੀਂ ਹੁੰਦੇ ਇਸ ਕਰਕੇ ਸੌਦੇਬਾਜ਼ੀਆਂ ਨੂੰ ਖਤਮ ਕਰਕੇ ਇੱਕ ਰਿਐਲਿਟੀ ਰਿਸ਼ਤਾ ਜੋੜੋ ਯਾਰ ਆਪਣਾ ਸੋ ਆਓ ਅੱਗੇ ਦੇਖਣਾ ਕਰੀਏ ਲੰਮੀ ਰੇਸ ਦੇ ਨਹੀਂ ਘੋੜੇ ਬਣ ਸਕਦੇ ਟੀਕਿਆਂ ਤੇ ਜਿਹੜੇ ਨੇ ਖਿਡਾਰੀ ਚੱਲਦੇ ਜਿਹੜੇ ਕਹਿੰਦੇ ਖਿਡਾਰੀ ਜਿਹੜੇ ਕਹਿੰਦੇ ਕੋਈ ਜਿਮ ਲਾਉਣ ਵਾਲੇ ਵੀ ਹੁੰਦੇ ਨੇ ਯਾਰ ਕਈ ਟੀਕੇ ਲਾ ਕੇ ਆਪਣੀ ਸਿਹਤ ਨੂੰ ਬਣਾਉਂਦੇ ਨੇ ਯਾਰ ਇਸ ਕਰਕੇ ਕਹਿੰਦੇ ਉਹ ਲੰਮੇ ਸੇਮੇ ਨਹੀਂ ਚੱਲਦੇ ਚੰਗੀ ਡਾਈਟ ਲੈ ਕੇ ਚੰਗਾ ਖਾ ਪੀ ਕੇ ਚੰਗੀ ਮਿਹਨਤ ਕਰਕੇ ਆਪਣੇ ਸਰੀਰ ਨੂੰ ਬਣਾਉਣਾ ਚੰਗੀ ਪ੍ਰੈਕਟਿਸ ਕਰਕੇ ਆਪਣੇ ਸਰੀਰ ਨੂੰ ਬਣਾਉਣਾ ਤੇ ਇੱਕ ਯਾਰ ਟੀਕੇ ਲਾ ਕੇ ਇੰਜੈਕਸ਼ਨ ਲਗਾ ਕੇ ਯਾਰ ਖੇਡਣਾ ਤੇ ਉਹ ਕਹਿੰਦੇ ਲੰਮੇ ਸਿਰ ਨਹੀਂ ਚੱਲਦੇ ਇਸ ਕਰਕੇ ਨਸ਼ਾ ਕਰਕੇ ਖਿਡਾਰੀ ਨਾ ਬਣੋ ਕਈ ਚੰਗੀ ਮਿਹਨਤ ਕਰਕੇ ਕੋਈ ਖਿਡਾਰੀ ਚੰਗਾ ਬਣੋ ਤੇ ਮੁੰਡਾ ਚਿੱਟੇ ਨਾਲ ਰੱਜ ਫੜੇ ਦਾੜੀਆਂ ਪਹਿਲਾਂ ਵਾਲਿਆ ਉਹ ਮਾੜੇ ਨੇ ਹਾਲਾਤ ਕਰਦੇ ਕਹਿੰਦਾ ਅੱਜ ਮੁੰਡਾ ਚਿੱਟੇ ਨਾਲ ਰੱਜਿਆ ਹੋਇਆ ਤੇ ਚਿੱਟੇ ਨਾਲ ਰੱਜ ਕੇ ਮੁੰਡੇ ਨੂੰ ਨਸ਼ਾ ਨਹੀਂ ਮਿਲਦਾ ਤੇ ਇੱਥੋਂ ਤੱਕ ਨਿਊਜ਼ ਖਬਰਾਂ ਲੱਗੀਆਂ ਹੋਈਆਂ ਨੇ ਕਿ ਪੁੱਤ ਨੂੰ ਨਸ਼ਾ ਨਹੀਂ ਮਿਲਿਆ ਤੇ ਪੁੱਤ ਨੇ ਮਾਂ ਦਾ ਕਤਲ ਕਰ ਦਿੱਤਾ ਕਿਉਂ ਕਿਉਂਕਿ ਪੁੱਤ ਨੂੰ ਨਸ਼ਾ ਨਹੀਂ ਮਿਲਿਆ ਉਹ ਮਾਂ ਕੋ ਪੈਸੇ ਮੰਗਦਾ ਹੀ ਮਾਂ ਕਹਿੰਦੀ ਮੈਂ ਕਿੱਥੋਂ ਲਿਆਵਾਂ ਤੇ ਪੁੱਤ ਨੇ ਹੀ ਮਾਂ ਦਾ ਕਤਲ ਕਰ ਦਿੱਤਾ ਤੇ ਇਸ ਕਰਕੇ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਆਪਣੇ ਮਾਂ ਪਿਓ ਦੀ ਰਿਸਪੈਕਟ ਕਰਿਆ ਕਰੋ ਆਪਣੇ ਮਾਂ ਪਿਓ ਦਾ ਇੱਜ਼ਤ ਸਤਿਕਾਰ ਕਰਿਆ ਕਰੋ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਵੜ ਕੇ ਤੁਸੀਂ ਸਿਰਫ ਤਾਂ ਸਿਰਫ ਆਪਣਾ ਸਰੀਰ ਗਵਾ ਸਕਦੇ ਹੋ ਹੋਰ ਕੁਝ ਨਹੀਂ ਕਰ ਸਕਦੇ ਪੈਲੀਆਂ ਵਾਲੇ ਵੀ ਲੈ ਜਾਂਦੇ ਕਣਕਾਂ ਡੀਪੂਆਂ 'ਚ ਨਿਰੀ ਫਰਮੈਸ਼ ਚੱਲਦੀ ਕਹਿੰਦੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਕਿੱਲੇ ਕਿੱਲੇ ਪੈਲੀਆਂ ਕਈ ਕਈ ਕਿੱਲੇ ਪੈਲੀਆਂ ਹੁੰਦੀਆਂ ਨੇ ਤੇ ਉਹ ਵੀ ਡੀਪੂਆਂ ਦੇ ਵਿੱਚੋਂ ਕਣਕਾਂ ਲੈ ਕੇ ਜਾਂਦੇ ਨੇ ਯਾਰ ਹੋ ਗਈ ਯਾਰ ਤੁਸੀਂ ਇੰਨਾ ਅਮੀਰ ਬਣ ਕੇ ਭਰੇਆਂ ਨੂੰ ਕਿਉਂ ਭਰੀ ਜਾਂਦੇ ਹੋਏ ਹੋ ਫਰਮੈਸ਼ਾਂ ਚੱਲਦੇ ਹੋ ਜਿਹੜੇ ਗਰੀਬ ਨੂੰ ਚਾਹੀਦਾ ਜਿਹੜੇ ਲੋੜਵੰਦ ਨੂੰ ਚਾਹੀਦਾ ਉਹਦੇ ਘਰ 'ਚ ਪਹੁੰਚਾਓ ਉਹਦੇ ਘਰ 'ਚ ਯਾਰ ਤੁਸੀਂ ਦਾਲ ਆਟਾ ਦਿਓ ਜਿਹਦੇ ਘਰ 'ਚ ਪਹੁੰਚਾਈਦਾ ਹੈ ਤੇ ਜਿਹੜੇ ਭਰਿਆਂ ਦੇ ਨੂੰ ਤੁਸੀਂ ਭਰੇ ਜਾਣਾ ਤਾਂ ਕੀ ਫਾਇਦਾ ਯਾਰ ਇਸ ਕਰਕੇ ਫਰਮੈਸ਼ਾਂ ਨੂੰ ਘੱਟ ਪੂਰੋ ਤੇ ਜਿਹੜਾ ਗਰੀਬ ਹੈ ਉਸ ਲੋੜਵੰਦ ਦੀ ਯਾਰ ਸੇਵਾ ਕਰੋ ਤੇ ਜੇ ਨਹੀਂ ਕਿ ਜਿਹਦੀ ਫਰਮੈਸ਼ ਆ ਗਈ ਉਹਨੂੰ ਪਹਿਲੇ ਨੰਬਰ 'ਤੇ ਦੇਣਾ ਇਹ ਬੇਇਨਸਾਫੀ ਨਾ ਕਰੋ ਸਾਡੇ ਉਸ ਚੀਜ਼ ਦੇ ਲੰਗਰ ਚੱਲਦੇ ਤੇ ਜਦੋਂ ਕਿਸੇ ਚੀਜ਼ ਤੇ ਬਲੈਕ ਚੱਲਦੀ ਕਹਿੰਦੇ ਸਾਡੇ ਉਸ ਚੀਜ਼ ਦੇ ਲੰਗਰ ਚੱਲਦੇ ਨੇ ਜਦੋਂ ਕਿਸੇ ਚੀਜ਼ ਤੇ ਬਲੈਕ ਚੱਲਦੀ ਹੋਵੇ ਤੇ ਅੱਜ ਆਕਸੀਜਨ ਦੀ ਪਿੱਛੇ ਜੇ ਲੋੜ ਪਈ ਸੀ ਉਸ ਵਕਤ ਯਾਰ ਆਕਸੀਜਨਾਂ ਦੇ ਲੰਗਰ ਲਗਾ ਦਿੱਤੇ ਗਏ ਸੀ ਖਾਲਸਾ ਏਡ ਉਹ ਸਿੱਖ ਕਮਿਊਨਿਟੀ ਜਿਹੜੇ ਸਾਰੇ ਨਾਲ ਮਿਲ ਕੇ ਸਾਰੇ ਸੱਜਣ ਮਿੱਤਰ ਮਿਲ ਕੇ ਤੇ ਉਹ ਯਾਰ ਬਲੈਕ ਜਿਹੜੀ ਚੀਜ਼ ਮਿਲਦੀ ਸੀ ਉਹਨਾਂ ਦੇ ਲੰਗਰ ਲਾ ਦਿੰਦੇ ਨੇ ਕਿਸੇ ਲੋੜਵੰਦ ਦਾ ਭਲਾ ਕਰਨਾ ਸਿੱਖੋ ਨਾ ਕਿ ਕਿਸੇ ਫਰਮੈਸ਼ਾਂ ਤੇ ਚੱਲੋ ਸੋ ਆਓ ਅੱਗੇ ਦੇਖਣਾ ਕਰੀਏ ਚੱਲ ਰਹੀਆਂ ਨੇ ਪੰਜਾਬ ਨਾਲ ਸਾਜਿਸ਼ਾਂ ਮਾਝਾ ਮਾਲਵਾ ਤੂੰ ਆਪਾਂ ਕਹਿੰਦੇ ਅੱਡ ਕਰਨਾ ਉਹ ਦੇਖਿਓ ਪੰਜਾਬੀ ਉਹ ਸੁੱਤੇ ਨਾਲ ਰਹਿ ਗਈ ਏ ਪੀਊ ਦਾ ਪੰਜਾਬ ਬਿਨਾਂ ਨਹੀਂਓ ਸਰਨਾ ਉਹ ਜੋੜੇ ਕੁੜਾਂ ਕੋਲੋਂ ਲਾਛਾਂ ਲੈ ਜਵੋ ਸਿਆਣ ਕੇ ਤੜਕੇ ਨੂੰ ਘਰੇ ਅੱਖ ਬਾਲ ਆ ਗਏ ਇੱਕ ਮੋਢੇ ਤੇ ਸਟਾਰ ਵਧਵਾਉਣ ਦੇ ਲਈ ਲੋਕੀ ਕਿੰਨੇ ਮੇਰੀ ਕੌਮ ਦੇ ਸਟਾਰ ਖਾ ਗਏ ਇੱਕ ਮੋਢੇ ਤੇ ਸਟਾਰ ਵਧਵਾਉਣ ਦੇ ਲਈ ਲੋਕੀ ਕਿੰਨੇ ਮੇਰੀ ਕੌਮ ਦੇ ਸਟਾਰ ਖਾ ਗਏ ਸੋ ਵੀਰ ਜੀ ਨੂੰ ਜ਼ਰੂਰ ਸਪੋਰਟ ਕਰੋ ਯਾਰ ਬਹੁਤ ਹੀ ਸੋਹਣਾ ਲਿਖਦੇ ਅਤੇ ਗਾਉਂਦੇ ਨੇ ਯਾਰ ਇਹੋ ਜਿਹੀਆਂ ਚੀਜ਼ਾਂ ਨੂੰ ਸਪੋਰਟ ਕਰੋਗੇ ਅਤੇ ਇਹ ਵੀਰ ਜੀ ਇਹੋ ਜਿਹੇ ਵੀਰ ਜੀ ਸਾਡੇ ਸਾਹਮਣੇ ਸੱਚ ਲੈ ਕੇ ਆਉਣਗੇ ਇਹ ਸੀ ਗਾਣੇ ਦਾ ਅਗਲਾ ਅਤੇ ਲਾਸਟ ਪੈਰਾ ਅਤੇ ਜਿਹਦੇ ਵਿੱਚ ਗੱਲ ਕੀਤੀ ਹੈ ਚੱਲ ਰਹੀਆਂ ਨੇ ਪੰਜਾਬ ਵਿੱਚ ਸਾਜਿਸ਼ਾਂ ਮਾਝਾ ਮਾਲਵਾ ਦੁਆਬਾ ਕਹਿੰਦੇ ਅੱਡ ਕਰਨਾ ਕਹਿੰਦੇ ਹੋਰ ਆਹ ਵੀ ਅੱਡ ਕਰਨ ਨੂੰ ਫਿਰਦੇ ਨੇ ਸਭ ਕੁਝ ਤਾਂ ਅੱਡ ਕਰ ਦਿੱਤਾ ਹਜੇ ਆਹ ਮਾਲਵਾ ਅਤੇ ਦੁਆਬਾ ਅਤੇ ਮਾਝਾ ਵੀ ਅੱਡ ਕਰਨ ਨੂੰ ਫਿਰਦੇ ਨੇ ਦੇਖਿਓ ਪੰਜਾਬੀ ਉਹ ਸੁੱਤੇ ਨਾ ਰਹਿ ਜਿਓ ਪੀਊ ਦਾ ਪੰਜਾਬ ਬਿਨਾਂ ਨਹੀਂਓ ਸਰਨਾ ਜੋੜੇ ਪੁਲਾ ਕੋਲੋਂ ਲਾਸ਼ਾਂ ਲੈ ਜਿਓ ਸਿਆਣ ਕੇ
ਤੜਕੇ ਨੂੰ ਘਰੇ ਅਖਬਾਰ ਆ ਗਏ ਇੱਕ ਮੋਢੇ ਦੇ ਸਟਾਰ ਵਧਵਾਉਣ ਦੇ ਲਈ ਕਿ ਕਿੰਨੀ ਮੇਰੀ ਕੌਮ ਦੇ ਸਟਾਰ ਖਾ ਗਏ ਕਹਿੰਦੇ ਇੱਕ ਮੋਢੇ ਤੇ ਸਟਾਰ ਵਧਵਾਉਣ ਦੇ ਲਈ ਤੇ ਕਿੰਨੇ ਕੌਮ ਦੇ ਸਟਾਰ ਖਾ ਗਏ ਨੇ ਤੇ ਉਹ 84 ਦੇ ਸਮੇਂ ਦੇ ਵਿੱਚ ਜਿਹੜੇ ਯਾਰ ਮੋਢਿਆਂ ਤੇ ਸਟਾਰ ਵਧਵਾਉਣ ਦੇ ਲਈ ਉਹ ਸੂਰਮਿਆਂ ਨੂੰ ਉਹਨਾਂ ਯੋਧਿਆਂ ਨੂੰ ਯਾਰ ਕਿਵੇਂ ਸਟਾਰਾਂ ਨੂੰ ਉਹਨਾਂ ਨੂੰ ਖਾਇਆ ਗਿਆ ਬਸ ਆਪਣੀਆਂ ਫੀਤੀਆਂ ਵਧਵਾਉਣ ਵਾਸਤੇ ਤੇ ਕਿੰਨਿਆਂ ਨੂੰ ਉਹ ਯਾਰ ਖਤਮ ਕਰ ਦਿੱਤਾ ਗਿਆ ਕਰਕੇ ਆਪਣੀਆਂ ਚੌਧਰਾਂ ਕਰਕੇ ਆਪਣੇ ਸਟਾਰਾਂ ਕਰਕੇ ਯਾਰ ਕਿਸੇ ਦੇਸ਼ ਦਾ ਕਾਮ ਨਾ ਕਰੋ ਸੋ ਬਹੁਤ ਹੀ ਵਧੀਆ ਵੀਰ ਜੀ ਨੇ ਸੌਂਗ ਲਿਖਿਆ ਹੋਇਆ ਆਪ ਜੀ ਦੱਸਣਾ ਕਰਨਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਜੇ ਆਪ ਜੀ ਮੇਰੇ ਚੈਨਲ 'ਤੇ ਨਵੇਂ ਆ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚਦੀ ਰਹੇ ਜੇ ਆਪ ਜੀ ਚਾਹੁੰਦੇ ਮੈਂ ਕਿਸੇ ਸੌਂਗ 'ਤੇ ਰਿਐਕਸ਼ਨ ਦਵਾਂ ਤੇ ਇਹ ਮੇਰੀ ਇੰਸਟਾਗ੍ਰਾਮ ਦੀ ਆਈਡੀ ਹੈ ਆਪ ਜੀ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਉਸ ਸੌਂਗ ਦਾ ਲਿੰਕ ਸੈਂਡ ਕਰ ਸਕਦੇ ਹੋ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਆ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।